ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਐਲੀ ਮੰਗੜ ਤੇ ਰੰਮੀ ਰੰਧਾਵਾ ਵਿਚਲੀ ਲੜਾਈ ਲਈ ਐਲੀ ਮੰਗੜ ਨੂੰ ਮਾਣਯੋਗ ਹਾਈ ਕੋਰਟ ਵੱਲੋਂ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕਈ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਐਲੀ ਮੰਗੜ ਨਾਲ ਹੁਣ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਤੇ ਗੱਲ ਇੰਨੀ ਵੱਧ ਚੁੱਕੀ ਹੈ ਕਿ ਕਈ ਐਲੀ ਦੇ ਦੁਸ਼ਮਣ ਤਾਂ ਐਲੀ ਦੇ ਫੈਨ ਹੋ ਚੁੱਕੇ ਹਨ। ਅਜਿਹਾ ਹੀ ਦਿਖਾਉਣੇ ਆ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ। ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸੇ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਣੀ ਮੋਬਾਈਲ ਸਕਰੀਨ ਤੇ ਪਾਉਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੀ ਮੋਬਾਈਲ ਸਕਰੀਨ ਤੇ ਸਭ ਤੋਂ ਪਹਿਲਾਂ ਮਿਲ ਸਕੇ। ਆਓ ਦੇਖਦੇ ਹਾਂ ਪੂਰੀ ਵੀਡੀਓ। ਐਲੀਮੈਂਟ ਨਾਲ ਮੇਰੀ ਪਹਿਲਾਂ ਮੈਚ ਰਿਹਾ 1.5-2 ਸਾਲ ਪਹਿਲਾਂ, ਯਾਰ ਕਸੂਰ ਦੋਨਾਂ 'ਚ ਹੀ ਆ। ਰਿੰਮੀ ਰੰਧਾਵਾ ਕਿਹੜਾ ਘੱਟ ਸੀ, ਪਤੰਦਰਾਂ ਨੇ ਐਨ ਟਾਈਮ ਬੰਨ ਲਿਆ ਗੈਂਗਸਟਰਾਂ ਵਾਂਗੂ, ਤੇ ਉੱਥੇ ਜੇ ਕੋਈ ਨੁਕਸਾਨ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ? ਰਿੰਮੀ ਰੰਧਾਵਾ ਵੀ ਨਹੀਂ ਘੱਟ ਘੱਟ ਕੋਈ ਨਹੀਂ ਸੀ, ਪਰ ਐਲੀ ਥੋੜ੍ਹਾ ਜਿਹਾ ਆਇਆ ਵੀ ਐਲੀ ਦੀ ਇੱਕ ਗੱਲ ਤਾਂ ਥੋੜ੍ਹੀ ਜਿਹੀ, ਮੈਂ ਇਹਨਾਂ ਪੂਰਾ ਦੁਸ਼ਮਣ ਆ ਮੇਰਾ, 1.5-2 ਸਾਲ ਉਹਦੇ ਨਾਲ ਲੜਾਈ ਚੱਲੀ ਆ, ਪਰ ਇੱਕ ਗੱਲ ਮੈਂ ਐਲੀ ਦੀ ਤੁਹਾਨੂੰ ਸੁਣਾਉਣੀ ਚਾਹੁੰਦਾ ਵੀ ਐਲੀ ਇੱਕ ਕੰਮ ਕਰ ਗਿਆ ਐਂਡ, ਪਤਾ ਕੀ, ਮੈਂ ਮੇਰੇ ਵਰਗੇ ਨੇ ਲੜਨਾ ਹੋਵੇ ਬਠਿੰਡੇ ਨਹੀਂ ਆਇਆ ਜਾਂਦਾ, ਕਿਸੇ ਨੇ ਵੀ ਪੰਜਾਬ 'ਚੋਂ ਕਿਸੇ ਨੇ ਵੀ ਲੜਨਾ ਹੋਵੇ ਬਠਿੰਡੇ ਬਰਨਾਲੇ ਨਹੀਂ ਆਇਆ ਜਾਂਦਾ। ਪਤੰਦਰ ਉੱਥੋਂ ਟਿਕਟ ਕਟਾ ਕੇ ਆ ਗਿਆ, ਆਉਣ ਸਾਰ ਪੁਲਿਸ ਵਾਲਿਆਂ ਨੇ ਦੇਖਦੇ ਸੀ ਹੈਂ, ਅਤੇ ਊਂ ਠੀਕ ਆ ਬੰਦੇ ਨੇ ਖਿੱਚਿਆ ਕੰਮ ਆਇਆ ਗਾ, ਪਰ ਮੇਰੀ ਗੱਲ ਇੱਕ ਸੁਣ ਲਓ ਵੀ ਐਂ ਨਹੀਂ ਕਹਿ ਸਕਦੇ ਵੀ ਰਿੰਮੀ ਰੰਧਾਵਾ ਠੀਕ ਹੈ ਜਾਂ ਐਲੀਮੈਂਟ, ਦੋਨਾਂ 'ਚ ਕਸੂਰ ਆ। ਮੇਰੀ ਤਾਂ ਐਲੀਮੈਂਟ ਨਾਲ ਪਹਿਲਾਂ ਬਹੁਤ ਜ਼ਿਆਦਾ ਲੜਾਈ ਰਹੀ ਆ, ਬੇਸ਼ੱਕ ਮੇਰੀ ਲੜਾਈ ਰਹੀ ਐਲੀਮੈਂਟ ਨਾਲ, ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਵੀ ਬੰਦਾ ਫਿਰ ਵੀ ਦੇਖ ਲਾ, ਉੱਥੋਂ ਟਿਕਟ ਕਟਾ ਕੇ ਆ ਗਿਆ, ਐਡੀ ਦੂਰੋਂ ਰੁਪਈਏ ਗਾਲ ਕੇ ਆ ਗਿਆ, ਹਾਲਾਂਕਿ ਉਹਨੂੰ ਪਤਾ ਸੀ ਵੀ ਮੇਰੇ 'ਤੇ ਕੇਸ ਪਊਗਾ, ਮੇਰਾ ਪਾਸਪੋਰਟ ਵੀ ਜ਼ਬਤ ਕਰ ਸਕਦੇ, ਮੈਨੂੰ ਬੈਕ ਨਹੀਂ ਵੀ ਮੰਨ ਲਾ ਬੈਕ ਮੁੜਨਗੇ ਕਿ ਨਾ, ਇਹ ਤਾਂ ਤੈਨੂੰ ਪਤਾ ਆ ਪੁਲਿਸ, ਪੰਜਾਬ ਪੁਲਿਸ ਕਿੰਨੀ ਭੜੀ ਆ, ਬਹੁਤ ਭੜੀ ਕੀਤੀ, ਤੈਨੂੰ ਪਤਾ ਹੀ ਆ ਕਸੂਰ ਦੋਨਾਂ ਦਾ, ਐਲੀ ਦਾ ਵੀ ਕਸੂਰ ਆ, ਰਿੰਮੀ ਦਾ ਵੀ ਕਸੂਰ ਆ। ਰਿੰਮੀ ਨੂੰ ਵੀ ਮੈਂ ਕਹਿਣਾ ਹੈਗਾ ਵੀ ਤੇਰੇ ਵੀ ਡਾਂਗ ਫਿਰਦੀ ਜੇ ਤੂੰ ਆ ਜਾਂਦਾ, ਐਂ ਤਾਂ ਤੂੰ ਵੀ ਸੁੱਕਾ ਨਹੀਂ ਜਾਂਦਾ ਸੀ, ਰਿੰਮੀ ਨੂੰ ਕਹਿਣਾ ਹੋਵੇ ਰਿੰਮੀ ਤੂੰ ਵੀ ਗਲਤ ਪੰਗੇ ਲੈਂਦਾ ਸੀ, ਰਿੰਮੀ ਵੀ ਉਹ ਜਿਹਾ ਯਾਰ, ਅਤੇ ਐਲੀ ਵੀ ਉਹ ਜਿਹਾ, ਆਪਾਂ ਇੱਕ ਨੂੰ ਕਿਵੇਂ ਕਹੀਏ, ਅਤੇ ਐਲੀ ਵੀ ਨਹੀਂ ਘੱਟ। ਇਸ ਵੀਡੀਓ ਨੂੰ ਦੇਖ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਐਲੀ ਮੰਗਟ ਨਾਲ ਨਜਾਇਜ਼ ਧੱਕਾ ਹੋ ਰਿਹਾ ਹੈ ਜਾਂ ਨਹੀਂ। ਇਸ ਦੇ ਨਾਲ ਇਜਾਜ਼ਤ ਦਿਓ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਇਸੇ ਤਰ੍ਹਾਂ ਦੀਆਂ ਹਰ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।